ਲੋਕਿੰਸ ਆਫ ਪਾਰਟੀ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਦੇ ਲੋਕ ਸਭਾ ਹਲਕਾ ਲੁਧਿਆਣਾ ਦੇ ਮੀਤ ਪ੍ਰਧਾਨ ਸਨੀ ਕੈਂਥ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਔਰ ਸਿਮਰਜੀਤ ਮੈਂਸ ਨੇ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਪੀਆਂ ਨੇ ਪੰਜਾਬ ਦਾ ਮੁਖ ਬੁਲਾਰਾ ਬਣਾਇਆ ਗਿਆ ਹੈ ਸਨੀ ਕੈਂਥ ਨੂੰ ਔਰ ਲੋਕ ਸਭਾ ਹਲਕਾ ਦੇ ਵਿੱਚ ਵਿਦਾਂਸਬਾ ਹਲਕਾ ਗਿਲ ਦਾ ਇਨਚਾਰਜ ਬਣਾਇਆ ਗਿਆ ਸੋ ਹਲਕਾ ਇਨਚਾਰਜ ਵੀ ਬਣਾ ਦਿੱਤਾ ਗਿਆ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੀ ਕੰਟਰੋਵਰਸੀ ਹੈ ਪੰਜਾਬ ਕਾਂਗਰਸ ਦੇ ਵਿੱਚ ਔਰ ਇੱਕ ਪਾਸੇ ਕਾਂਗਰਸ ਦੇ ਕਈ ਲੀਡਰ ਕਾਂਗਰਸ ਨੂੰ ਛੱਡ ਰਹੇ ਨੇ ਪਾਣੀਆਂ ਦੇ ਉੱਤੇ ਕੈਪਟਨ ਅਮਰਿੰਦਰ ਨੇ ਅੱਜ ਮੀਟਿੰਗ ਕੀਤੀ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਸਰਕਾਰ ਤੇ ਬਿਜਲੀ ਦੇ ਮਾਮਲੇ ਤੇ ਨਿਸ਼ਾਨਾ ਸੇਧ ਰਹੇ ਨੇ ਸੋ ਕਈ ਤਰ੍ਹਾਂ ਦੀਆਂ ਦਿੱਕਤਾਂ ਵੀ ਨੇ ਇਸ ਵਕਤ ਪੰਜਾਬ ਸਰਕਾਰ ਕਿਰੀ ਹੋਈ ਹੈ ਇਹਨਾਂ ਸਾਰੇ ਮਸਲਿਆਂ ਤੇ ਗੱਲ ਕਰਾਂਗੇ ਸਾਡੇ ਨਾਲ ਆਪ ਮੌਜੂਦ ਨੇ ਸਨੀ ਕੈਂਥ ਸਨੀ ਕਾਂ ਜੀ ਬਹੁਤ ਬਹੁਤ ਸਵਾਗਤ ਵੀ ਆਉਣ ਮੁਬਾਰਕਬਾਦ ਵੀ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਸਿਮਰਜੀਤ ਬੈਂਸ ਤੇ ਲੋਕਨਸਾਪ ਪਾਰਟੀ ਨੇ ਦਿੱਤੀਆਂ ਧੰਨਵਾਦ ਧੰਨਵਾਦ ਬਹੁਤ ਵੱਡਾ ਸਾਥ ਤੁਹਾਡਾ ਸਭ ਤੋਂ ਵੱਡੀ ਚੁਣੌਤੀ ਕੀ ਹੈ ਹੁਣ ਪੰਜਾਬ ਦਾ ਮੁੱਖ ਮਲਾਰਾ ਤੁਹਾਨੂੰ ਬਣਾਇਆ ਗਿਆ ਲੋਕਨਸਾਪ ਪਾਰਟੀ ਦਾ ਲੋਕਨਸਾਪ ਪਾਰਟੀ ਕਿਹੜੇ ਕਿਹੜੇ ਮਸਲਿਆਂ ਤੇ ਅੱਗੇ ਜਾਊ ਖਾਸ ਤੌਰ ਤੇ ਪਹਿਲੀ ਟਿੱਪਣੀ ਸਿੱਧੂ ਕਿ ਆਜੋ 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 ਸਿੱਧੂ ਦੇ ਪੰਜਾਬ ਚ ਪੋਸਟਰ ਲੱਗ ਰਹੇ ਨੇ ਕਿ ਸਿੱਧੂ ਅਸਤੀਫਾ ਦੇਣ ਸਿੱਧੂ ਅਸਤੀਫਾ ਦੇਣ ਸੋ ਦਬਾਅ ਨਵਜੋਤ ਸਿੰਘ ਸਿੱਧੂ ਤੇ ਵੀ ਹੈ ਤੁਸੀਂ ਕਿੰਨਾਂ ਹਾਲਾਤਾਂ ਚ ਕਾਂਗਰਸ ਛੱਡੀ ਹੈ ਤੇ ਹੁਣ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਕਿੰਨਾਂ ਹਾਲਾਤਾਂ ਚ ਦੇਖਦੇ ਹੋ ਦੇਖੋ ਡੱਲਾ ਸਾਹਿਬ ਵਰਕਰ ਤੋਂ ਲੈ ਕੇ ਸੱਚੇ ਲੀਡਰਾਂ ਤੱਕ ਸਾਰੇ ਨੇ ਜਲਾਲਤ ਖੋਰੀ ਹੈ ਚਾਹੇ ਉਹ ਮੈਂ ਸੀਗਾ ਚਾਹੇ ਉਹ ਅੱਜ ਸਿੱਧੂ ਸਾਹਿਬ ਨੇ ਜੋ ਮਰਨਾ ਹੋਇਆ ਚਾਹੇ ਉਹ ਲੋਕਲ ਲੈਵਲ ਤੇ ਹੋਇਆ ਜੋ ਸਿੱਧੂ ਸਾਹਿਬ ਨਾਲ ਹੋ ਰਿਹਾ ਉਹ ਪੰਜਾਬ ਪੱਤਰ ਦੇ ਹੋ ਰਿਹਾ ਪਰ ਮੁੱਦੇ ਸਾਰੇ ਸੇਮ ਦੀ ਚਾਹੇ ਮੇਰਾ ਮੁੱਦਾ ਦੀ ਚਾਹੇ ਉਹਨਾਂ ਦਾ ਮੁੱਦਾ ਸੀਗਾ ਗੱਲ ਸਾਰੀ ਸੱਚ ਦੀ ਕਰਦੇ ਆ ਅਸੀਂ ਵੀ ਸੱਚ ਦੀ ਗੱਲ ਕੀਤੀ ਸੀ ਮੈਂ ਵੀ ਸੱਚ ਦੀ ਗੱਲ ਕਰਕੇ ਕਿਉਂਕਿ ਜਿਹੜੇ ਜਿਹੜੇ ਵਾਅਦੇ ਕੈਪਟਨ ਸਾਹਿਬ ਨੇ ਕੀਤੇ ਇਲੈਕਸ਼ਨਾਂ ਦੇ ਵਿੱਚ ਚਾਹੇ ਉਹ ਕਰ ਕਰ ਨੌਕਰੀ ਦਾ ਮੁੱਦਾ ਹੋਵੇ ਚਾਹੇ ਉਹ ਮੋਬਾਈਲ ਫੋਨਾਂ ਦਾ ਮੁੱਦਾ ਹੋਵੇ ਚਾਹੇ ਉਹ ਨਸ਼ੇ ਬੰਦ ਕਰਨ ਦਾ ਮੁੱਦਾ ਹੋਵੇ ਚਾਹੇ ਉਹ ਆਪਣਾ ਕਿਸਾਨੀ ਕਰਜ਼ਾ ਮਾਫ਼ ਕਰਨ ਦਾ ਮੁੱਦਾ ਹੋਵੇ ਉਹ ਤੇ ਸਾਰੀ ਤੇ ਸਾਰੀਆਂ ਗੱਲਾਂ ਤੇ ਇਹ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਆ ਔਰ ਸਿੱਧੂ ਸਾਹਿਬ ਵੀ ਉਹੀ ਗੱਲ ਕਰਨਾ ਚਾਹੁੰਦੇ ਆ ਉਹੀ ਗੱਲ ਕਰਦੇ ਆ ਵੀ ਆਪਾਂ ਜਿਹੜੇ ਵਾਅਦੇ ਕੀਤੇ ਸੀ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਦੇਣੇ ਚਾਹੀਦੇ ਆ ਤੇ ਕਿਤੇ ਨਾ ਕਿਤੇ ਸਿੱਧੂ ਸਾਹਿਬ ਨੂੰ ਖੁੱਡੇ ਲਾਈਨ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਖੁੱਡੇ ਲਾਈਨ ਲਾਤਾ ਉਹ ਖੁੱਡੇ ਲਾਈਨ ਉਹਨਾਂ ਨੂੰ ਲਾ ਕੇ ਉਹਨਾਂ ਦੀ ਬਦਨਾਮੀ ਔਰ ਬੇਇੱਜ਼ਤੀ ਕਰਨਾ ਚਾਹੁੰਦੇ ਆ ਔਰ ਇਸੇ ਕਰਕੇ ਜਿਹੜੇ ਸਾਡੇ ਲੋਕ ਸੰਘਾਪਾਰਟੀ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸਿਮਰਜੀਤ ਸਿੰਘ ਬੈਂਸ ਸਾਹਿਬ ਉਹਨਾਂ ਨੇ ਕਿਹਾ ਵੀ ਸਿੱਧੂ ਸਾਹਿਬ ਬਾਰ-ਬਾਰ ਜਲਾਲਤ ਕਰਾਉਣ ਦੀ ਬਜਾਏ ਤੁਸੀਂ ਸਾਡੀ ਪਾਰਟੀ ਚ ਆਓ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ ਇਹ ਤਾਂ ਇਹਨਾਂ ਦੀ ਪਾਰਟੀ 'ਚ ਰਹਿ ਕੇ ਕਾਂਗਰਸ ਦੇ ਵਿੱਚ ਰਹਿ ਕੇ ਅੰਬੇਸ਼ਤੀ ਜਰਲਤ ਕਰਾਉਣ ਦੀ ਬਜਾਏ ਤੁਸੀਂ ਆਓ ਅਸੀਂ ਤੁਹਾਨੂੰ ਸੀਐਮ ਬਣਾਵਾਂਗੇ ਤੁਹਾਨੂੰ ਜਿਹੜੇ ਜਿਹੜੇ ਪੋਸਟਰ ਲੱਗ ਰਹੇ ਨੇ ਸਿੱਧੂ ਖਿਲਾਫ ਉਹ ਲਾਹ ਕੌਣ ਰਿਹਾ ਕੀ ਵਿਰੋਧੀ ਲਾ ਰਹੇ ਨੇ ਕਾਂਗਰਸ ਵਾਲੇ ਹੀ ਅੰਦਰ ਵਿਰੋਧੀ ਬਣ ਕੇ ਉਹ ਲਾ ਰਹੇ ਨੇ ਜਾਂ ਕੋਈ ਹੋਰ ਪਾਰਟੀਆਂ ਵਾਲੇ ਲਾ ਰਹੇ ਨੇ ਦੇਖੋ ਜੀ ਰੱਲ ਸਾਹਿਬ ਕੱਲ ਲੱਗੇ ਸੀ ਮਹਾਲੀ ਦੇ ਵਿੱਚ ਅੱਜ ਮੈਨੂੰ ਲੱਗਦਾ ਲੁਧਿਆਣਾ ਦੇ ਵੀ ਲੱਗੇ ਪਤਾ ਲੱਗਿਆ ਤੇ ਸਾਫ਼ ਤੌਰ ਤੇ ਮੈਨੂੰ ਸਮਝਦਾ ਵੀ ਇਹ ਕਾਂਗਰਸ ਦਾ ਕੰਮ ਕਿਉਂਕਿ ਦਿੱਕਤ ਅੱਜਕੱਲ ਜ਼ਿਆਦਾ ਕਾਂਗਰਸ ਦੇ ਲੀਡਰਨ ਹੋਈ ਹੋਈ ਹੈ ਕਿਉਂਕਿ ਸਿੱਧੂ ਸਾਹਿਬ ਇੱਕ ਬੜੇ ਵੱਡਾ ਚਿਹਰਾ ਨੇ ਪੰਜਾਬ ਦਾ ਵੀ ਚਾਹੇ ਉਹ ਭਰ ਦਾ ਹੋਵੇ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਤਾਂ ਪੂਰੀ ਸਪਸ਼ਟ ਤੌਰ ਤੇ ਕਾਂਗਰਸ ਵਿੱਚ ਸੀਗੇ ਇਸ ਕਰਕੇ ਕੈਪਟਨ ਸਾਹਿਬ ਨਹੀਂ ਚਾਹੁੰਦੇ ਵੀ ਆਪ ਮੈਂ ਉਹਨੂੰ ਆਪਣੇ ਬਰਾਬਰ ਦੇ ਖੜਾ ਕਰਾਂ ਪਰ ਕੈਪਟਨ ਸਾਹਿਬ ਜਿਹੜੇ ਮੈਂ ਸਮਝਦਾ ਵੀ ਜਿਹੜੇ ਇਹੋ ਜਿਹੇ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਉਹਨਾਂ ਨੂੰ ਉਹਨੂੰ ਬਦਨਾਮ ਕੀਤਾ ਉਹਨਾਂ ਦੀ ਬੇਇੱਜ਼ਤੀ ਇੱਕ ਤਰੀਕੇ ਦੀ ਕੀਤੀ ਜਾ ਰਹੀ ਚਾਹੇ ਉਹ ਬੋਰਡ ਦੇ ਥਰੂ ਹੋਣ ਚਾਹੇ ਉਹਨਾਂ ਦਾ ਮਹਿਮਾ ਬਲਤਾ ਜਾਵੇ ਮੈਂ ਸਮਝਦਾ ਵੀ ਇਹਦੇ ਨਾਲ ਸਿੱਧੂ ਸਾਹਿਬ ਦੀ ਪਪੂਲਾਰਿਟੀ ਹੋਰ ਵੱਧ ਜਾਣੀ ਹੈ ਸਿੱਧੂ ਸਾਹਿਬ ਦੀ ਪਪੂਲਾਰਿਟੀ ਹੋਰ ਵਧ ਰਣੀ ਸਿਮਰਜੀਤ ਵੈਂਸ ਕਈ ਵਾਰੀ ਅਪੀਲ ਕਰਦੇ ਨੇ ਸਿੱਧੂ ਨੂੰ ਕਿ ਸਾਡੇ ਪਾਸੇ ਆ ਜਾ ਸੁਖਪਾਲ ਖਹਿਰਾ ਪੀਡੀਪੀ ਜੇ ਸਿੱਧੂ ਸਾਹਿਬ ਸੋਚਣ ਤਾਂ ਸਹਿਮਤੀ ਬਣ ਜੂ ਸਿਮਰਜੀਤ ਵੈਂਸ ਤਾਂ ਕਹਿ ਰਹੇ ਨੇ ਅਸੀਂ ਮੁੱਖ ਮੰਤਰੀ ਦਾ ਉਮੀਦਵਾਰ ਬਣਾਵਾਂਗੇ ਪੀਡੀਏ ਦੀ ਇਹ ਬਾਕੀ ਤੇਰਾ ਮੰਨ ਜਾਣਗੀਆ ਦੇਖੋ ਜੀ ਅਸੀਂ ਤਾਂ ਆਪਣੀ ਗੱਲ ਰੱਖੀ ਐ ਅਪੀਲ ਕੀਤੀ ਐ ਸਖੋ ਆਪਣਾ ਬੈਂਸ ਸਾਹਿਬ ਨੂੰ ਵੀ ਅਪੀਲ ਆਪਣੇ ਖੇਹਰਾ ਸਾਹਿਬ ਨੂੰ ਵੀ ਅਪੀਲ ਕਰਦੇ ਆਂ ਬਾਕੀ ਹੋਰ ਜਿਹੜੀਆਂ ਸਾਡੇ ਅਲਾਈਐਂਸ ਦੀ ਪਾਰਟੀਆਂ ਹੈਗੀਆਂ ਸਾਰਿਆਂ ਨੂੰ ਅਪੀਲ ਕਰਦੇ ਆਂ ਅਸੀਂ ਵੀ ਆਪਾਂ ਨੂੰ ਆਪਣੇ ਹੱਥ ਛੱਡ ਗਏ ਜਿਵੇਂ ਬੈਂਸ ਸਾਹਿਬ ਕਹਿੰਦੇ ਆਂ ਅਸੀਂ ਇਹਨਾਂ ਨੂੰ ਮੁੱਖ ਮੰਤਰੀ ਬਣਾਉਣੇ ਸਾਰਿਆਂ ਨੂੰ ਚਾਹੀਦਾ ਵੀ ਆਪਾਂ ਇੱਕ ਸਾਰੇ ਇਕੱਠੇ ਹੋ ਗਏ ਆਪਾਂ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸਿੱਧੂ ਸਾਹਿਬ ਨਾਲ ਔਰ ਇਕੱਠੇ ਹੋ ਕੇ ਇੱਕ ਫਰੰਟ ਬਣਾਉਣਾ ਚਾਹੀਦਾ ਦੁਬਾਰਾ ਤੌਰ ਤੋਂ ਵੀ ਇਹਨਾਂ ਨੂੰ ਸਿੱਧੂ ਸਾਹਿਬ ਨੂੰ ਐਸਾ ਸੀਐਮ ਜਿਹੜਾ ਪੰਜਾਬ ਦਾ ਪ੍ਰੋਜੈਕਟ ਕਰਕੇ ਤੇ ਨਵੇਂ ਤਰੀਕੇ ਨਾਲ ਆਪਾਂ ਨੂੰ ਇੱਕ ਪੰਜਾਬ ਦੇ ਮੁੱਦੇ ਜਿਹੜੇ ਚੱਕਣੇ ਚਾਹੀਦੇ ਚ ਕੈਪਟਨ ਸਾਹਿਬ ਆਪਦੇ ਆਪ ਨੂੰ ਕਹਿੰਦੇ ਸੀ ਪਾਣੀ ਦਾ ਰਾਖਾ ਪਾਣੀ ਮੈਂ ਪਾਣੀ ਦਾ ਰਾਖਾ ਆ ਇਹ ਉਹਨਾਂ ਦੀ ਸਰਕਾਰ ਬਣੀ ਸੀ 2007 ਦੇ ਵਿੱਚ ਅੱਜ ਅੱਜ ਕਿਉਂ ਨਹੀਂ ਕੈਪਟਨ ਸਾਹਿਬ ਪਾਣੀ ਬਾਰੇ ਸੋਚਦੇ ਅੱਜ ਪਾਣੀ ਆ ਸਾਡਾ ਜਿਹੜਾ ਪਾਕਿਸਤਾਨ ਦੇ ਵਿੱਚ ਯਾਰਾ ਕਿੰਨੇ ਕਯੂਬਿਕ ਜਿਹੜਾ ਜਿਹੜਾ ਪਾਣੀ ਹੈਗਾ ਕਿੰਨਾ ਪਾਣੀ ਸਾਡਾ ਪਾਕਿਸਤਾਨ ਨੂੰ ਜਾ ਰਿਹਾ ਬੈਂਸ ਸਾਹਿਬ ਨੇ ਤਾਂ ਕੱਲ ਵੀ ਕਿਹਾ ਵੀ ਜਿਹੜਾ ਪਾਣੀ ਸਾਡਾ ਪਾਕਿਸਤਾਨ ਨੂੰ ਤੁਸੀਂ ਭੇਜ ਰਹੇ ਹੋ ਸੀ ਉਹਦੇ ਪੈਸੇ ਲਓ ਜਾਂ ਤਾਂ ਪੈਸੇ ਲਓ ਹੀ ਜਾਂ ਫਿਰ ਬੰਦ ਕਰ ਦਿਓ ਉਹਨੂੰ ਭੇਜਣਾ ਦੋ ਗੱਲਾਂ ਨੇ ਔਰ ਸਭ ਤੋਂ ਜਿਹੜਾ ਦੂਜਾ ਬੜਾ ਵੱਡਾ ਮੁੱਦਾ ਹੈਗਾ ਉਹ ਨਸ਼ੇ ਦਾ ਮੁੱਦਾ ਹੈ ਕਿਉਂਕਿ ਕੈਪਟਨ ਸਰਕਾਰ ਨੇ ਸਭ ਤੋਂ ਵੱਡਾ ਗੱਲ ਮੁੱਦਾ ਇਹ ਸੀ ਸਰਕਾਰ ਬਣਨ ਦਾ 2017 ਦੇ ਵਿੱਚ ਵੀ ਨਸ਼ੇ ਬੰਦ ਕਰਾਂਗੇ ਕੈਪਟਨ ਸਾਹ ਨੇ ਸੌਂ ਵੀ ਖਾਦੀ ਸੀ ਉਹਦੇ ਵਿੱਚ ਪਰ ਤੁਸੀਂ ਦੇਖਦੇ ਹੋ ਵੀ ਹਰ ਜ਼ਿਲ੍ਹੇ ਦੇ ਵਿੱਚ ਹਰ ਗਲੀ ਮਹੱਲੇ ਨਸ਼ਾ ਫੇਰੁੱਦੀ ਮਿਕਰੇ ਪਰ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਦੇਖੋ ਅੱਜ ਪੰਜਾਬ ਦੇ ਡੀਜੀਪੀ ਨੇ ਬੈਠਕ ਕੀਤੀ ਹੈ ਉਹ ਚ ਸਾਰੇ ਪੁਲਿਸ ਦੇ ਅਫਸਰ ਆਏ ਹੋਏ ਸੀਗੇ ਨਸ਼ਿਆਂ ਦੇ ਉੱਤੇ ਸਰਕਾਰ ਜਿਹੜੀ ਗੰਭੀਰਤਾ ਦਿਖਾ ਰਹੀ ਹੈ ਤੁਹਾਡੇ ਲੋਕਾਂ ਦਾ ਦਬਾਅ ਕੰਮ ਕਰ ਰਿਹਾ ਜਾਂ ਕਾਂਗਰਸ ਸਰਕਾਰ ਆਪ ਵੀ ਜਾਗਰੂਕ ਹੈ ਵੀ ਅਸੀਂ ਕਰਨਾ ਕੁਝ ਨਾ ਕੁਝ ਦੇਖੋ ਜੀ ਇਹ ਬਿਲਕੁਲ ਆਪੋਜੀਸ਼ਨ ਦਾ ਦਬਾਅ ਹੈ ਮੈਂ ਸਮਝਦਾ ਵੀ ਜਿਹੜੇ ਬੈਂਸ ਸਾਹਿਬ ਨੇ ਉਹ ਜ਼ਿਆਦਾ ਜ਼ੋਰ ਸ਼ੋਰ ਨਾਲ ਇਸ ਮੁੱਦੇ ਨੂੰ ਚੱਕ ਰਹੇ ਆ ਔਰ ਹੋਰ ਵੀ ਬੰਦੇ ਜਿਹੜੇ ਲੀਡਰ ਚੱਕਦੇ ਹੋਣਗੇ ਪਰ ਸਾਡੀ ਪਾਰਟੀ ਵੱਲੋਂ ਜ਼ਿਆਦਾ ਜਿਹੜਾ ਜੋਰ ਸੁਰਨ ਇਸ ਮੁੱਦ ਨੂੰ ਚੱਕਿਆ ਜਾ ਰਿਹਾ ਹੈ ਤਾਂ ਕਿ ਕਾਂਗਰਸ ਦੇ ਉੱਪਰ ਜਿਹੜਾ ਸਰਕਾਰ ਦੇ ਉੱਪਰ ਦਬਾਅ ਬਣਾਇਆ ਜਾ ਸਕੇ ਕਿ ਤੁਹਾਨੂੰ ਯਾਦ ਕਰਾਇਆ ਜਾ ਸਕੇ ਜਿਹੜਾ ਜਿਹੜਾ ਮੁੱਦਾ ਤੁਸੀਂ ਲੈ ਕੇ ਆਂਦਾ ਸੀਗਾ ਨਿਸ਼ਾਨਾ ਵੀ ਉਹ ਤੁਹਾਡੇ ਬੰਦ ਨਹੀਂ ਉਹ ਦਿਨ ਚੱਲ ਰਹੇ ਪਰ ਕਿਤਨੇ-ਕਿਤੇ ਮੈਂ ਸਮਝਦਾ ਜੇ ਸਰਕਾਰ ਚਾਵੇ ਇਹ ਸਰਕਾਰ ਚਾਵੇ ਤਾਂ 2 ਘੰਟੇ ਦੇ ਵਿੱਚ ਸਾਰਾ ਕੁਝ ਬੰਦ ਹੋ ਸਕਦਾ ਪਰ ਮਨਸ਼ਾ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਹੈਗੀ ਸ਼ਕਤੀ ਆ ਇਹਨਾਂ ਦੀ ਮਨਸ਼ਾ ਸ਼ਕਤੀ ਆ ਪਾਣੀਆਂ ਦੇ ਮਸਲੇ ਤੇ ਵੀ ਪਾਣੀਆਂ ਦਾ ਪ੍ਰਦੂਸ਼ਣ ਵੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਪਾਣੀਆਂ ਦੇ ਮਸਲੇ ਤੇ ਜਿਹੜੀ ਹੈ ਉਹ ਮੀਟਿੰਗ ਕੀਤੀ ਹੈ ਵਿਰੋਧੀ ਧਿਰ ਦਾ ਖਾਸ ਤੌਰ ਤੇ ਲੋਕ ਇਨਸਾਫ ਪਾਰਟੀ ਦਾ ਕੀ ਰੋਲ ਰਹੂਗਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕਿਸਾਨ ਕਰਜ਼ਿਆਂ ਨੂੰ ਲੈ ਕੇ ਨੌਜਵਾਨਾਂ ਦੇ ਮਸਲਿਆਂ ਨੂੰ ਲੈ ਕੇ ਕਿਹੋ ਜੀ ਤੁਹਾਡੀ ਅਗਲੀ ਰਣਨੀਤੀਆਂ ਦੇਖੋ ਡਾਲਾ ਸਾਹਿਬ ਪਾਣੀਆਂ ਨੂੰ ਲੈ ਕੇ ਹੋਵੇ ਚਾਹੇ ਉਹ ਕਿਸਾਨੀ ਕਰਜ਼ਿਆਂ ਨੂੰ ਲੈ ਕੇ ਹੋਵੇ ਚਾਹੇ ਨੌਜਵਾਨਾਂ ਦੇ ਮੋਬਾਈਲ ਫੋਨਿਆਂ ਨੌਕਰੀ ਨੂੰ ਲੈ ਕੇ ਹੋਵੇ ਲੋਕ ਇਨਸਾਫ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਅਸੀਂ ਇੱਕ ਇਹਦਾ ਅਸੀਂ ਤਿਆਰ ਕਰ ਰਹੇ ਹਾਂ ਵੀ ਅਸੀਂ ਇਹਨਾਂ ਮਸਲੇ ਮੁਜਾਰੇ ਵੀ ਕਰੀਏ ਔਰ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇਹ ਜਿਹੜੇ ਡੀਸੀ ਦਫ਼ਤਰ ਦੇ ਬਾਹਰ ਜਾਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਦਫ਼ਤਰ ਦੇ ਬਾਹਰ ਜਿਹੜਾ ਜਿੰਮੇਵਾਰ ਉਹਨਾਂ ਦੇ ਬਾਹਰ ਧਰਨੇ ਮੁਜ਼ਾਰੇ ਕੀਤੇ ਜਾਣ ਤਾਂ ਕਿ ਜਿਹੜੀ ਸੁੱਤੀ ਹੋਈ ਸਰਕਾਰ ਹੈ ਇਹਨਾਂ ਨੂੰ ਜਗਾਈਏ ਵੀ ਜਿਹੜੇ ਅਸੀਂ ਵਾਅਦੇ ਕੀਤੇ ਸੀ ਇਹਨੂੰ ਭੁੱਲੋ ਨਾ ਔਰ ਅਸੀਂ ਬੜੀ ਵੱਡੇ ਪੱਧਰ ਤੇ ਤਿਆਰੀ ਕਰ ਰਹੇ ਹਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਮੁਜ਼ਾਰੇ ਹੋਣਗੇ ਇਹਨਾਂ ਦੇ ਖਿਲਾਫ ਜੀ ਲੋਕ ਇਨਸਾਫ ਪਾਰਟੀ ਜ਼ਿਮਨੀ ਚੋਣਾਂ ਆ ਗਈਆਂ ਬਹੁਤ ਸਾਰੀਆਂ ਜ਼ਿਮਨੀ ਚੋਣਾਂ 6-7 ਜ਼ਿਮਨੀ ਚੋਣਾਂ ਹੋਣੀਆਂ ਆਉਣ ਵਾਲੇ ਸਮੇਂ ਵਿੱਚ ਹਾਲਾਂਕਿ ਹਜੇ ਦੋ ਤਾਂ ਜਿਹੜੀਆਂ ਜ਼ਿਮਨੀ ਚੋਣਾਂ ਤੈਅ ਨਹੀਂ ਲੋਕਸ ਆ ਪਾਰਟੀ ਇਨਾਂ ਜਿਮਨੀ ਚੋਣਾਂ ਤੋਂ ਪਹਿਲਾਂ ਕੀ ਅਜਿਹਾ ਮਾਹੌਲ ਤਿਆਰ ਕਰੂਗੀ ਜਿੱਥੇ ਸਰਕਾਰ ਜਾਗੇ ਡਾ ਸਾਹਿਬ ਪਹਿਲੀ ਗੱਲ ਤਾਂ ਮੈਨੂੰ ਸਰਕਾਰ ਦੀ ਮਨਸ਼ਾ ਲੱਗਦੀ ਨਹੀਂ ਵੀ ਜਿਮਨੀ ਚੋਣਾਂ ਕਰਾਉਣਗੇ ਕਿਉਂਕਿ ਇਹਨਾਂ ਨੂੰ ਕਿਤੇ ਨਾ ਕਿਤੇ ਡਰ ਆ ਵੀ ਜਿਮਨੀ ਚੋਣਾਂ ਦੇ ਵਿੱਚ ਇਹਨਾਂ ਦੀ ਬਹੁਤ ਤਕੜੇ ਤਰੀਕੇ ਨਾਲ ਹਾਰ ਹੋਣੀ ਹੈ ਵੱਡੇ ਪੱਧਰ ਤੇ ਹਾਰ ਹੋਣੀ ਹੈ ਸੋ ਜੇ ਜਿਮਨੀ ਚੋਣਾਂ ਕਰਾਉਣੀਆਂ ਆਉਂਦੀਆਂ ਹੁਣ ਤੱਕ ਇਹਨਾਂ ਨੇ ਅਸੀਫੇ ਜਿਹੜੇ ਸੀਗੇ ਅਸੈਪਟ ਕਰਕੇ ਉਹਦੇ ਉੱਪਰ ਉਹਨਾਂ ਨੂੰ ਕਾਰਵਾਈ ਸ਼ੁਰੂ ਕਰਨੀ ਸੀ ਪਰ ਹਾਲ ਤੱਕ ਮੈਨੂੰ ਲੱਗਦਾ ਸਪੀਕਰ ਸਾਹਿਬ ਨੇ ਇੱਥੇ ਕੋਈ ਅਜਿਹੀ ਕਾਰਵਾਈ ਕੀਤੀ ਨਹੀਂ ਕਿ ਜਿਹੜ ਪਰ ਫਿਰ ਵੀ ਸਾਡੇ ਵੱਲੋਂ ਪੂਰੀ ਤਿਆਰੀ ਆ ਜਿਹੜੀ ਲੋਕ ਸਭਾ ਪਾਰਟੀ ਸਾਡੇ ਜਿਹੜੇ ਪ੍ਰਧਾਨ ਆ ਬੈਂਸ ਸਾਹਿਬ ਸਿਮਰਜੀਤ ਬੈਂਸ ਜੀ ਸਰਦਾਰ ਬਲਵਿੰਦਰ ਸਿੰਘ ਬੈਂਸ ਜੀ ਉਹਨਾਂ ਵੱਲੋਂ ਪੂਰੀ ਰਣਨੀਤੀ ਤੈਅ ਕਰ ਲਈਤੀ ਗਈ ਆ ਸਾਰੀ ਪਾਰਟੀ ਵੱਲੋਂ ਕਿ ਜਿੱਥੇ-ਜਿੱਥੇ ਜਿਮਣੀ ਚੋਣ ਹੋਣੀ ਆ ਅਸੀਂ ਪੂਰਾ ਉੱਥੇ ਵਧੀਆ ਤਰੀਕੇ ਨਾਲ ਪੂਰਾ ਆਪਣੇ ਸੰਗਠਨ ਨੂੰ ਜਿਹੜਾ ਮਜ਼ਬੂਤ ਕਰਕੇ ਅਸੀਂ ਉੱਥੇ ਵਧੀਆ ਕੈਂਡੀਡੇਟਸ ਇਕ ਲੈ ਕੇ ਜਾਵਾਂਗੇ ਪੂਰੀ ਟੱਕਰ ਦਵਾਂਗੇ ਨਾ ਜੀ ਜੀ ਸਿਮਰਜੀਤ ਬੈਂਸ ਦੀਆਂ ਹੁਣ ਐਕਟੀਵਿਟੀ ਕੀ ਨੇ ਹੁਣ ਕਿਉਂਕਿ ਲੋਕ ਸਭਾ ਚੋਣਾਂ ਹੋ ਗਈਆਂ ਵਿਧਾਨ ਸਭਾ ਚੋਣਾਂ ਨੂੰ ਢਾਈਕ ਸਾਲ ਪਏ ਨੇ ਹੁਣ ਰਣਨੀਤੀ ਕੀ ਰੂਗੀ ਸਿਮਰ ਬੈਂਸ ਦੀ ਵੀ ਔਰ ਤੁਹਾਡੀ ਲੋਕ ਇਨਸਾਫ ਪਾਰਟੀ ਦੀ ਵੀ ਕਿਵੇਂ ਲੋਕਾਂ ਚ ਜਾਉਗੇ ਦੇਖੋ ਜੀ ਅਸੀਂ ਤਾਂ ਜਦੋਂ ਬੈਂਸ ਸਾਹਿਬ ਜਦੋਂ ਇਲੈਕਸ਼ਨ ਹਾਰੇ ਆ ਤੇ ਉਹ ਤੋਂ ਅਗਲੇ ਦਿਨ ਦਫ਼ਤਰ ਬਹਿ ਕੇ ਅਸੀਂ ਲੋਕਾਂ ਦੇ ਵਿੱਚ ਸ਼ੁਰੂ ਕਰਤਾ ਸੀ ਕੰਮ ਚਾਹੇ ਬਾਕੀ ਲੀਡਰ ਕੋਈ ਬਾਣਿਆਂ 'ਚ ਘੁੰਮ ਰਿਹਾ ਕੋਈ ਕਿੱਥੇ ਘੁੰਮ ਰਿਹਾ ਤੇ ਇਹ ਤਾਂ ਪਹਿਲੇ ਦਿਨ ਤੋਂ ਹੀ ਕੰਮ ਚਾਹੇ ਇਹ ਇਲੈਕਸ਼ਨ ਤੋਂ ਬਾਅਦ ਵਿੱਚ ਆ ਪਹਿਲਾਂ ਉਹ ਵੀ ਸਾਡਾ ਕੰਮ ਤਾਂ ਲਗਾਤਾਰ ਜਾਰੀ ਹੈ ਇਹ ਕੰਮ ਪੂਰੇ ਵੱਡੇ ਤਰੀਕੇ ਨਾਲ ਚੱਲੂਗਾ ਔਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਚਾਹੇ ਉਹ ਵਿਧਾਨ ਸਭਾ ਸਤਰ ਤੇ ਹੋਵੇ ਚਾਹੇ ਉਹ ਲੋਕ ਸਭਾ ਸਤਰ ਤੇ ਹੋਵੇ ਜਿੱਦਾਂ ਵੀ ਹੋਵੇ ਅਸੀਂ ਆਪਣਾ ਢਾਂਚਾ ਸਾਰਾ ਮਜ਼ਬੂਤ ਕਰਕੇ ਲੋਕਨਸਭਾ ਪਾਰਟੀ ਦਾ ਮਜ਼ਬੂਤ ਕਰਕੇ ਔਰ ਅਸੀਂ ਪਿੰਡ ਲੈਵਲ ਤੋਂ ਲੈ ਕੇ ਬੂਥ ਲੈਵਲ ਤੋਂ ਲੈ ਕੇ ਅਸੀਂ ਇਹਨੂੰ ਵੱਡੇ ਲੈਵਲ ਤੱਕ ਇਹਦੇ ਆਰਗੇਨਾਈਜ਼ ਕਰਾਂਗੇ ਉਹ ਤੋਂ ਬਾਅਦ ਤਰਨੇ ਬਜਾਰੇ ਏਡੇ ਵੱਡੇ ਤਰੀਕੇ ਨਾਲ ਕਰਾਂਗੇ ਪਾਰਟੀ ਲੋਕਨਸਭਾ ਪਾਰਟੀ ਖੜੂਗੀ ਪਲੇਟਫਾਰਮ 'ਚ ਜੇ ਪੀਡੀਆ ਦੇ ਨਾਲ ਨਹੀਂ ਵੀ ਕੋਈ ਗੱਠਜੋੜ ਹੁੰਦਾ ਪੀਡੀਆ ਦਾ ਗੱਠਜੋੜ ਨਹੀਂ ਆਉਂਦਾ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਲੋਕਨਸਭਾ ਪਾਰਟੀ ਖੜੂਗੀ ਆਪਣੇ ਪੱਧਰ ਤੇ 2022 ਤੋਂ ਪਹਿਲਾਂ ਬਿਲਕੁਲ ਜਾਂ ਇਹਨਾਂ ਜ਼ਿ ਮੈਂ ਕਹਿੰਦੀ ਲੋਕਨਸਭਾ ਪਾਰਟੀ ਇੱਕ ਪੰਜਾਬ ਦਾ ਮੈਂ ਸਮਝਦਾ ਉੱਪਰ ਦਾ ਸਟਾਰ ਹੈ ਤੇ ਉੱਪਰ ਕੇ ਨਿਕਲੂਗਾ ਅਸੀਂ ਅਸੀਂ ਤਾਂ ਚਾਹੁੰਦੇ ਸੀ ਵੀ ਸudar simarjit singh ਬੈਂਸ ਸਾਡੇ ਆਉਣ ਵਾਲੇ ਸੀਐਮ ਬਣ ਪਰ ਬੈਂਸ ਸਾਡੀ ਇੱਛਾ ਵੀ ਮੈਂ ਸਿੱਧੂ ਸਾਹਿਬ ਨੂੰ ਲਿਆ ਕੇ ਉਹਨਾਂ ਨੂੰ ਸੀਐਮ ਬਣਾਉਣਾ ਪਰ ਸਾਡੀ ਜਿਹੜੀ ਇੱਛਾ ਸਾਡੇ ਜਿਹੜੇ ਜਿਹੜੇ ਆਪਣੇ ਲੋਕਨਸਭਾ ਪਾਰਟੀ ਦੇ ਜਿਹੜੇ ਵਰਕਰਾਂ ਦੀ ਇੱਛਾ ਇਹੀ ਹੈ ਵੀ ਜਿਹੜੇ ਸਾਡੇ ਨੌਜਵਾਨ ਜਿਹੜੇ ਸਾਡੇ ਪ੍ਰਧਾਨ ਨੇ ਸudar simarjit singh ਬੈਂਸ ਸੀ ਇਹਨਾਂ ਨੂੰ ਸੀਐਮ ਬਣਾਈਏ ਔਰ ਲੋਕੀ ਵੀ ਇਹੀ ਚਾਹੁੰਦੇ ਆ ਵੀ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਉਹਨਾਂ ਤੋਂ ਕਿਉਂਕਿ ਇੱਕ ਉੱਪਰ ਦਾ ਸਾਰਾ ਨੇ ਲੋਕਾਂ ਦੇ ਸਟ ਔਰ ਲੋਕਾਂ ਨੇ ਕਿਥੋਂ ਉਹਨਾਂ ਨੂੰ ਕਿੱਥੇ ਤੱਕ ਪੰਜਾਬ ਦਾ ਅੱਜ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਗੱਲ ਹੁੰਦੀ ਹੈ ਤੇ ਲੋਕੀ ਚਾਹੁੰਦੇ ਆ ਸੰਗਠਨ ਚ ਸੱਦਾ ਵੱਜ ਰਿਹਾ ਤੁਹਾਨੂੰ ਪੰਜਾਬ ਭਰ ਤੋਂ ਸਿਮਰਜੀਤ ਮੈਂਸ ਨਾਲ ਲੀਡਰ ਅਨੂ ਤਿਆਰ ਨੇ ਵਖਵਾ ਖਲਕਿਆਂ ਚ ਦੇਖੋ ਜੀ ਮੇਰੇ ਜਾਣ ਤੋਂ ਬਾਅਦ ਹੁਣ ਹੁਣ ਲਾਈਨ ਲੱਗੀ ਹੁਣ ਲੋਕਾਂ ਦਾ ਡਰ ਨਿਕਲ ਗਿਆ ਪਹਿਲਾਂ ਲੋਕੀ ਸੋਚਦੇ ਪਤਾ ਨਹੀਂ ਕੀ ਹੋ ਜੂਗਾ ਹੁਣ ਮੇਰੇ ਇਸ ਮਰਕ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਇਹ ਜੇ ਆਗੂ ਆ ਜਿਹੜੇ ਮੇਰੇ ਮਰਕ ਦੇ ਵਿੱਚ ਆ ਵੀ ਅਸੀਂ ਆਉਣਾ ਚਾਹੁੰਦੇ ਆ ਔਰ ਮੈਂ ਬੈਂਸਾ ਨੂੰ ਦੱਸ ਰਿਹਾ ਸਾਰੀਆਂ ਗੱਲਾਂ ਇਕਲੀ ਇਕਲੀ ਗੱਲ ਦੱਸ ਰਿਹਾ ਵੀ ਆ ਫਰਾਣਾ ਬੰਦਾ ਆਉਣਾ ਚਾਹੁੰਦਾ ਤੇ ਸਾਨੂੰ ਜੇ ਠੀਕ ਲੱਗਿਆ ਜੇ ਸਾਨੂੰ ਆਉਣਾ ਸਾਡੇ ਪਾਰਟੀ ਵਾਸਤੇ ਵਧੀਆ ਹੋਇਆ ਤੇ ਬੰਦਾ ਆਗੂ ਕੰਮ ਕਰਨ ਨਾਲ ਹੋਵੇ ਲੀਡਰ ਤਾਂ ਬਹੁਤ ਹੁੰਦੇ ਆ ਆਗੂ ਕੰਮ ਕਰਨ ਨਾਲ ਹੋਵੇ ਗਰਾਊਂਡ ਦੇ ਉੱਪਰ ਅਸੀਂ ਤਾਂ ਸਿਰਫ ਗਰਾਊਂਡ ਦੇ ਲੀਡਰ ਚਾਹੁੰਦੇ ਆ ਜੇ ਗਰਾਊਂਡ ਦਾ ਲੀਡਰ ਸਾਨੂੰ ਵਧੀਆ ਕੋਈ ਮਿਲਦਾ ਤੇ ਜਰੂਰ ਅਸੀਂ ਕੋਈ ਸੰਗੋਚ ਮਿਲ ਲਾਦਾ ਨਹੀਂ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕਿਹੋ ਜੀ ਤਿਆਰੀ ਆ ਹੁਣ ਗਰਮ ਰੁੱਤ ਦਾ ਮੌਨਸੂਨ ਸੈਸ਼ਨ ਵੀ ਆਉਣ ਵਾਲਾ ਪੰਜਾਬ ਦੀ ਵਿਧਾਨ ਸਭਾ ਦਾ ਔਰ ਆਮ ਆਦਮੀ ਪਾਰਟੀ ਕਹਿੰਦੀ ਭਾਵੇਂ ਪਾਣੀਆਂ ਦਾ ਮਸਲਾ ਹੈ ਭਾਵੇਂ ਬਿਜਲੀ ਦਾ ਮਸਲਾ ਹੈ ਇਹਦੇ ਤੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ ਸੱਦਾ ਜave ਵਿਧਾਨ ਸਭਾ ਸੈਸ਼ਨ 'ਚ ਹੁਣ ਕਿਹੋ ਜੀ ਭੂਮਿਕਾ ਰਹੂਗੀ ਵਿਧ ਪੂਰੀ ਜੋਰ ਸ਼ੋਰ ਨਾਲ ਮੁੱਦੇ ਚੱਕੂਗੀ ਚਾਹੇ ਉਹ ਪਾਣੀ ਦਾ ਹੋਵੇ ਚਾਹੇ ਕੋਈ ਵੀ ਮੁੱਦਾ ਹੋਵੇ ਪੰਜਾਬ ਦਾ ਜਿਹੜਾ ਜਿਹੜਾ ਪੰਜਾਬ ਦੇ ਰਾਖੀ ਕਰਨ ਵਾਸਤੇ ਉਹ ਪੰਜਾਬ ਦੇ ਲੋਕਾਂ ਵਾਸਤੇ ਹੋਵੇ ਆਮ ਆਪਣਾ ਲੋਕ ਸੰ사ਧ ਪਾਰਟੀ ਪੂਰੀ ਵਧੀਆ ਤਰੀਕੇ ਨਾਲ ਉਹਨੂੰ ਮੈਨੇਜ ਕਰੂਗੀ ਔਰ ਪੂਰੇ ਹੰਲਾ ਸ਼ੇਰੀ ਨਾ ਉਥੇ ਮੁੱਦੇ ਚੱਕੂਗੀ ਪਰ ਮੈਂ ਸਮਝਦਾ ਆ ਆਮ ਆਦਮੀ ਪਾਰਟੀ ਦੇ ਵਾ ਗੱਲ ਕਰ ਰਹੇ ਆ ਇਹ ਭੂਮਿਕਾ ਨਹੀਂ ਨਿਭਾਵਾਈ ਇਹ ਆਪੋਜੀਸ਼ਨ ਦੀ ਭੂਮਿਕਾ ਨਹੀਂ ਨਿਭਾਈ ਨਹੀਂ ਪਾਇਆ ਉਥੇ ਆਪੋਜੀਸ਼ਨ ਜੋ ਹੋਗੇ ਵੀ ਨਿਭਾ ਨਹੀਂ ਪਾਇਆ ਪਰ ਸਰ ਸਿਮਰਜੀਤ ਸਿੰਘ ਮੈਂਜ ਬਲਵਿੰਦਰ ਸਿੰਘ ਮੈਂਜ ਹਮੇਸ਼ਾ ਉਹ ਭੂਮਿਕਾ ਨਿਭਾਉਂਦੇ ਆ ਜੋ ਕਿ ਇਹਨਾਂ ਨੂੰ ਨਿਭਾ ਚਲੋ ਬਹੁਤ ਬਹੁਤ ਧੰਨਵਾਦ ਸਨੀ ਕੈਂਥ ਸਾਡੇ ਨਾਲ ਸੀ ਸੋ ਵਿਧਾਨ ਸਭਾ ਸੈਸ਼ਨ ਪੰਜਾਬ ਦਾ ਤਿਆਰ ਹੈ ਆਮ ਆਦਮੀ ਪਾਰਟੀ ਨੇ ਵੀ ਬਹੁਤ ਸਾਰੇ ਮੁੱਦੇ ਚੱਕੇ ਨੇ ਆਮ ਆਦਮੀ ਪਾਰਟੀ ਵੀ ਲਗਾਤਾਰ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ ਔਰ ਲੋਕਨ ਸਾਫ ਪਾਰਟੀ ਵੀ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰ ਰਹੀ ਹੈ ਵਿਧਾਨ ਸਭਾ ਦਾ ਸੈਸ਼ਨ ਇਸ ਵਾਰ ਦਾ ਕਈ ਮਾਇਨਿਆਂ ਦੇ ਵਿੱਚ ਅਹਿਮੀਅਤ ਰੱਖੂਗਾ ਜਿਮਨੀ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਦਾ ਸੈਸ਼ਨ ਹੈ ਔਰ ਇਸ ਵਿਧਾਨ ਸਭਾ ਦੇ ਸੈਸ਼ਨ ਚ ਪੰਜਾਬ ਦੇ ਪਾਣੀਆਂ ਦੇ ਮਸਲੇ ਹੋਣ ਸਿਮਰਜੀਤ ਬੈਂਸ ਤਿਆਰੀ ਕਰੀ ਬੈਠਾ ਹੈ ਪੰਜਾਬ ਦੇ ਵਿੱਚ ਬਿਜਲੀ ਕਟਾ ਦੇ ਮਸਲੇ ਹੋਣ ਸਿਮਰਜੀਤ ਬੈਂਸ ਤਿਆਰੀ ਕਰੀ ਬੈਠਾ ਹੈ ਇਹ ਸਾਰੇ ਮਸਲੇ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਉਭਰਨੇ ਨੇ ਔਰ ਨਵਜੋਤ ਸਿੰਘ ਸਿੱਧੂ ਕੀ ਵਿਧਾਨ ਸਭਾ ਦੇ ਸੈਸ਼ਨ ਚਾਉਣਗੇ ਇਹ ਸਵਾਲ ਹੋਣੇ ਤੋਂ ਲੋਕ ਪੁੱਛਣਾ ਸ਼ੁਰੂ ਕਰਤਾ ਲੋਕਾਂ ਨੇ ਜਿਸ ਤਰ੍ਹਾਂ ਨਾਲ ਮਨ ਮਟਾਵਰ ਨਰਾਜ਼ਗੀ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਦੀ ਹੈ ਕੁਝ ਦਿਨਾਂ ਚ ਵਿਧਾਨ ਸਭਾ ਸੈਸ਼ਨ ਹੈ ਡੇਟਾ ਅਨਾਉਂਸ ਹੋ ਜਾਣੀਆਂ ਨੇ ਨਵਜੋਤ ਸਿੰਘ ਸਿੱਧੂ ਵਾਲੇ ਪਾਸੇ ਵੀ ਨਜ਼ਰਾਂ ਟੇਕੀਆਂ ਨੇ ਔਰ ਇਹ ਵੀ ਮੈਨੂੰ ਪਤਾ ਲੱਗਿਆ ਹੈ ਕਿ ਸਿਮਰਜੀਤ ਸਿੰਘ ਬੈਂਸ ਸੁਖਪਾਲ ਖੈਰਾ ਆਪਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਇਹ ਇੱਕ ਰਣਨੀਤੀ ਬਣਾਈ ਬੈਠੇ ਨੇ ਔਰ ਇਹਨਾਂ ਨੂੰ ਇੰਤਜ਼ਾਰ ਹੈ ਕਿ ਕਦੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਹੁੰਦੀ ਹੈ ਔਰ ਜੇ ਨਵਜੋਤ ਸਿੰਘ ਸਿੱਧੂ ਨਾਲ ਵਿਰੋਧੀ ਧਿਰਾਂ ਦੀ ਕੋਈ ਮੀਟਿੰਗ ਹੋ ਗਈ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਵੱਡਾ ਤੂਫਾਨ ਆ ਸਕਦਾ ਹੈ ਹਾਲਾਂਕਿ ਹਾਲੇ ਇਹ ਸੰਭਾਵਨਾ ਨਹੀਂ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਦੇਣਗੇ ਪਰ ਫਿਰ ਵੀ ਵਿਰੋਧੀਆਂ ਨੂੰ ਆਸ ਹੈ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਿਆਸਤ ਬਦਲੇਗੀ ਬਹੁਤ ਬਹੁਤ ਧੰਨਵਾਦ